ਫੈਕਟਰੀ ਲੁਧਿਆਣੇ ਮੈਨੂੰ ਮਮਤਾ ਕੁੜੀ ਮਿਲੀ ਸੀਗੀ ਅਸੀਂ 2 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ ਉਹ ਕਤਰ ਗਏ ਹੋਏ ਸੀਗੇ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਅਤੇ ਉਹਨਾਂ ਦੇ ਕਹਿਣ 'ਤੇ ਮੈਂ ਪਲੈਨਿੰਗ ਕੀਤੀ ਸੀਗੀ ਮੈਂ ਵੀ ਕਤਰ ਜਾਣਾ ਉਸਦਾ ਮੈਡੀਕਲ ਕਤਰ ਦੇ ਪਰੂਫ ਭੇਜ ਕੇ ਅਤੇ ਮੈਨੂੰ ਦੁਬਈ ਮੰਗਾਇਆ ਗਿਆ ਕਿ ਤੇਰੀ ਸਟੇ ਆ ਉਸ ਤੋਂ ਬਾਅਦ 9 ਮਾਰਚ ਨੂੰ ਮੈਂ ਦੁਬਈ ਗਈ ਹਾਂ ਉਹਨਾਂ ਨੇ ਮੈਨੂੰ ਦੁਬਈ ਕਿਸੇ ਏਜੰਟ ਦੇ ਘਰ ਰਾਤ ਰੱਖਿਆ ਸੋਨੀਆ ਏਜੰਟ ਨੇ ਉਹ ਮੇਰੇ ਨਾਲ ਸੀਗੀ ਉਸ ਤੋਂ ਬਾਅਦ ਸੁਬਹਾ ਟਾਈਮ ਉਹਨਾਂ ਨੇ ਮੈਨੂੰ ਇਰਾਕ ਪਹੁੰਚਾਤਾ ਉਹਨੇ ਬਗਦਾਦ ਕਿਸੇ ਕੰਪਨੀ 'ਚ ਛੱਡਿਆ ਸੀ ਜਿੱਥੇ ਵੀ ਮੇਡ ਨੂੰ ਕਿਸੇ ਘਰ ਕੰਮ ਕਰਨ ਲਈ ਛੱਡਿਆ ਜਾਂਦਾ ਉਹਨਾਂ ਨੇ ਮੈਨੂੰ ਕਿਸੇ ਦੇ 1 ਦਿਨ ਮੈਂ ਉੱਥੇ ਰਹੀ ਹਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦੂਸਰੇ ਦਿਨ ਕਿਸੇ ਦੇ ਘਰ ਛੱਡਤਾ ਕੰਮ ਕਰਨ ਲਈ ਕਿ ਵੀ ਕੁਛ ਖਾਣ ਪੀਣ ਨੂੰ ਵੀ ਨਹੀਂ ਸਹੀ ਤਰੀਕੇ ਨਾਲ ਮਿਲਦਾ ਸੀਗਾ ਘਰ ਗੱਲ ਕਰਨ ਲਈ ਫੋਨ ਵੀ ਨਹੀਂ ਮਿਲਦਾ ਸੀਗਾ ਬਸ ਕੰਮ ਹੀ ਸੀਗਾ ਕਿ ਜਿਹੜਾ ਉਹ ਕਹਿੰਦੇ ਸੀ ਮੈਨੂੰ ਕਰਨਾ ਪੈਂਦਾ ਸੀਗਾ ਜੇ ਮੈਂ ਉਹਨਾਂ ਨੂੰ ਕਹਿੰਦੀ ਸੀ ਕਿਸੇ ਵੀ ਚੀਜ਼ ਤੋਂ ਮਨਾ ਕਰਦੀ ਸੀ ਤਾਂ ਉਹ ਕੁੱਟਮਾਰ ਵੀ ਹੁੰਦੀ ਸੀਗੀ ਅਤੇ ਲੇਕਿਨ ਕੰਮ ਸਾਰਾ ਦਿਨ ਕਰਾਉਂਦੇ ਸੀ ਸਰ ਗੱਲਾਂ ਤਾਂ ਬਹੁਤ ਹੁੰਦੀਆਂ ਸੀਗੀਆਂ ਕਈ ਵਾਰੀ ਤਾਂ ਖੁਦ ਦਾ ਮਾਰਨ ਨੂੰ ਵੀ ਜੀ ਕਰਦਾ ਸੀਗਾ ਪਰ ਬਾਅਦ ਵਿੱਚ ਥੋੜ੍ਹੇ ਟਾਈਮ 'ਚ ਮੇਰਾ ਵੀਰੇ ਨਾਲ ਕੰਟੈਕਟ ਹੋ ਗਿਆ ਸੀਗਾ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਤੂੰ ਇਹੋ ਜਿਹਾ ਕੁਛ ਨਹੀਂ ਕਰਨਾ ਆਪਾਂ ਅਬੈਸੀ ਤੱਕ ਗੱਲ ਪਹੁੰਚਾਉਂਦੇ ਹਾਂ ਵੀਰੇ ਨੇ ਅਬੈਸੀ 'ਚ ਮੇਲ ਪਾਈ ਸੀਗੀ ਸਾਡੀ ਅਬੈਸੀ ਅਫਸਰ ਨਾਲ ਗੱਲ ਹੁੰਦੀ ਸੀ ਉਹ ਕਹਿੰਦੇ ਸੀਗੇ ਵੀ ਅਸੀਂ ਕਿਸੇ ਦੇ ਘਰੋਂ ਤਾਂ ਲਿਜਾ ਨਹੀਂ ਸਕਦੇ ਗੇ ਵੀ ਤੂੰ ਅਬੈਸੀ 'ਚ ਆ ਜਾ ਤੈਨੂੰ ਇੰਡੀਆ ਪਹੁੰਚਾ ਦਾਂਗੇ ਸਰ ਉਹ ਫੈਮਿਲੀ ਘੁੰਮਣ ਗਈ ਹੋਈ ਆ ਜੋਰਡਨ ਉਹਨਾਂ ਨੇ ਮੈਨੂੰ ਆਪਣੀ ਬੇਟੀ ਦੇ ਘਰ ਛੱਡਿਆ ਹੋਇਆ ਸੀਗਾ ਅਤੇ ਉਹਨਾਂ ਦੇ ਬੇਬੀ ਨਾਲ ਮੈਂ ਸਕੂਲ ਜਾਂਦੀ ਸੀ ਅਤੇ ਉਸ ਤੋਂ ਬਾਅਦ ਮੈਂ ਉੱਥੋਂ ਭੱਜ ਗਈ ਸੀ ਅੱਛਾ ਉੱਥੋਂ ਭੱਜ ਕੇ ਤੁਸੀਂ ਅੰਬੈਸੀ ਚਲੇ ਗਏ ਤਾਂ ਫਿਰ ਇੱਥੇ ਆਏ ਹੋ ਕਈ ਬੱਚੇ ਆਪਣਾ ਭਵਿੱਖ ਸੁਧਾਰਨ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹੈਗੇ ਨੇ ਪਰ ਏਜੰਟਾਂ ਦੇ ਕਰਕੇ ਉੱਥੇ ਜਾ ਕੇ ਉਹ ਫਸ ਜਾਂਦੇ ਹੈਗੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਦੇ ਪਿੰਡ ਲੱਲੇ ਦੇ ਵਿੱਚ ਇੱਕ ਖਬਰ ਦਿਖਾਈ ਸੀਗੀ ਕਿ ਇੱਕ ਅਰਸ਼ਦੀਪ ਲੜਕੀ ਜਿਹੜੀ ਆ ਵਿਦੇਸ਼ ਦੇ ਵਿੱਚ ਜਾ ਕੇ ਫਸ ਜਾਂਦੀ ਹੈਗੀ ਹੈ ਕਤਰ ਦਾ ਕਹਿ ਕੇ ਉਸ ਦੇ ਨਾਲ ਧੋਖਾ ਹੋ ਜਾਂਦਾ ਉਸ ਨੂੰ ਏਜੰਟ ਕਿਤੇ ਅੱਗੇ ਕਿਸੇ ਘਰ ਦੇ ਵਿੱਚ ਵੇਚ ਦਿੰਦੇ ਆ ਤਾਂ ਘਰ ਦੇ ਵਿੱਚ ਉਹ ਕੰਮ ਕਰਦੀ ਹੈਗੀ ਹੈ ਪਰ ਉਸ ਨੂੰ ਨਾ ਤਾਂ ਪੈਸੇ ਮਿਲਦੇ ਸੀਗੇ ਨਾ ਹੀ ਖਾਣ ਨੂੰ ਜਿਹੜਾ ਜ਼ਿਆਦਾ ਦਿੱਤਾ ਜਾਂਦਾ ਸੀਗਾ ਤਾਂ ਘਰੋਂ ਵੀ ਜਿਹੜਾ ਉਹ ਨਿਕਲਣ ਨਹੀਂ ਦਿੱਤਾ ਜਾਂਦਾ ਸੀ ਘਰਦਿਆਂ ਨਾਲ ਗੱਲ ਵੀ ਜ਼ਿਆਦਾ ਨਹੀਂ ਕਰਨ ਦਿੱਤੀ ਜਾਂਦੀ ਸੀਗੀ ਮਾਰਕੁੱਟ ਵੀ ਕਈ ਵਾਰ ਕੀਤੀ ਜਾਂਦੀ ਸੀਗੀ ਤਾਂ ਅਰਸ਼ਦੀਪ ਸਾਡੇ ਨਾਲ ਮੌਜੂਦ ਹੈ ਅੱਜ ਇੱਥੇ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਮਦਦ ਕੀਤੀ ਹੈ ਕੁਲਦੀਪ ਸਿੰਘ ਕਿਸਾਨ ਜਥੇਬੰਦੀ ਦੇ ਆਗੂ ਉਹਨਾਂ ਨੇ ਮਦਦ ਕੀਤੀ ਇਸ ਪਰਿਵਾਰ ਦੀ ਗਰੀਬ ਪਰਿਵਾਰ ਹੈ ਔਰ ਇਸ ਪਰਿਵਾਰ ਦੀ ਮਦਦ ਕੀਤੀ ਅੱਜ ਬੇਟੀ ਇਸ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਜ਼ਿਆਦਾ ਜਿਹੜੀ ਇਹਨਾਂ ਨੇ ਗੱਲ ਉਦੋਂ ਨਹੀਂ ਦੱਸੀ ਸੀਗੀ ਕਿਉਂਕਿ ਉਦੋਂ ਉੱਥੋਂ ਘਰ ਦੇ ਵਿੱਚੋਂ ਭੱਜ ਕੇ ਜਿਹੜਾ ਅੰਬੈਸੀ ਦੇ ਵਿੱਚ ਗਈ ਸੀਗੀ ਤਾਂ ਕਿ ਜਿਹੜਾ ਪਤਾ ਨਾ ਲੱਗ ਸਕੇ ਕਿ ਇਹ ਕਿੱਥੇ ਹੈਗੀ ਹੈ ਤਾਂ ਅੱਜ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਕੁੜੀ ਘਰ ਦੇ ਵਿੱਚ ਆ ਚੁੱਕੀ ਹੈ ਇਸ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੰਨੀ ਦਿੱਕਤ ਜਿਹੜੀ ਹੈ ਇਸ ਨੂੰ ਉੱਥੇ ਹੋਈ ਦੇਖਿਆ ਜਾਵੇ ਤਾਂ ਕਦੋਂ ਤੁਸੀਂ ਇੱਥੋਂ ਗਏ ਹੈਗੇ ਸੀ ਔਰ ਕੌਣ ਤੁਹਾਨੂੰ ਲੈ ਕੇ ਗਿਆ ਸੀਗਾ ਸਰ ਮੈਂ 9 ਮਾਰਚ ਨੂੰ ਗਈ ਸੀਗੀ ਮੈਨੂੰ ਸੋਨੀਆ ਏਜੰਟ ਲੈ ਕੇ ਗਈ ਸੀ ਕਿਵੇਂ ਤੁਹਾਡਾ ਜਿਹੜਾ ਇਹ ਬਣਿਆ ਕਿ ਮੈਂ ਉੱਥੇ ਜਾਣਾ ਹੈਗਾ ਔਰ ਕਾਗਜ਼ ਕਿਵੇਂ ਤਿਆਰ ਕੀਤੇ ਸਰ ਮੈਂ ਫੈਕਟਰੀ 'ਚ ਕੰਮ ਕਰਦੀ ਸੀ ਧਾਗਾ ਫੈਕਟਰੀ ਲੁਧਿਆਣੇ ਮੈਨੂੰ ਮਮਤਾ ਕੁੜੀ ਮਿਲੀ ਸੀਗੀ ਅਸੀਂ 2 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ ਉਹ ਕਤਰ ਗਏ ਹੋਏ ਸੀਗੇ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਅਤੇ ਉਹਨਾਂ ਦੇ ਕਹਿਣ 'ਤੇ ਮੈਂ ਪਲੈਨਿੰਗ ਕੀਤੀ ਸੀਗੀ ਮੈਂ ਵੀ ਕਤਰ ਜਾਣਾ ਤਾਂ ਫਿਰ ਉੱਥੇ ਜਾ ਕੇ ਕੀ ਹੋਇਆ ਸਰ ਉਹਨਾਂ ਨੇ ਮੈਨੂੰ ਕਤਰ ਦਾ ਮੈਡੀਕਲ ਕਤਰ ਦੇ ਪਰੂਫ ਭੇਜ ਕੇ ਅਤੇ ਮੈਨੂੰ ਦੁਬਈ ਮੰਗਾਇਆ ਗਿਆ ਕਿ ਤੇਰੀ ਸਟੇ ਆ ਉਸ ਤੋਂ ਬਾਅਦ 9 ਮਾਰਚ ਨੂੰ ਮੈਂ ਦੁਬਈ ਗਈ ਹਾਂ ਉਹਨਾਂ ਨੇ ਮੈਨੂੰ ਦੁਬਈ ਕਿਸੇ ਏਜੰਟ ਦੇ ਘਰ ਰਾਤ ਰੱਖਿਆ ਸੋਨੀਆ ਏਜੰਟ ਨੇ ਉਹ ਮੇਰੇ ਨਾਲ ਸੀਗੀ ਉਸ ਤੋਂ ਬਾਅਦ ਸੁਬਹਾ ਟਾਈਮ ਉਹਨਾਂ ਨੇ ਮੈਨੂੰ ਇਰਾਕ ਪਹੁੰਚਾਤਾ ਇਰਾਕ ਦੇ ਵਿੱਚ ਉੱਥੇ ਕਿੱਥੇ ਗਏ ਤਾਂ ਕੀ ਹੋਇਆ ਉੱਥੇ ਸਰ ਮੈਂ ਇਰਾਕ ਵਿੱਚ ਉਹਨਾਂ ਨੇ ਬਗਦਾਦ ਕਿਸੇ ਕੰਪਨੀ 'ਚ ਛੱਡਿਆ ਸੀ ਜਿੱਥੇ ਵੀ ਮੇਡ ਨੂੰ ਕਿਸੇ ਘਰ ਕੰਮ ਕਰਨ ਲਈ ਛੱਡਿਆ ਜਾਂਦਾ ਉਹਨਾਂ ਨੇ ਮੈਨੂੰ ਕਿਸੇ ਦੇ 1 ਦਿਨ ਮੈਂ ਉੱਥੇ ਰਹੀ ਹਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦੂਸਰੇ ਦਿਨ ਕਿਸੇ ਦੇ ਘਰ ਛੱਡਤਾ ਕੰਮ ਕਰਨ ਲਈ ਅਤੇ ਫਿਰ ਉੱਥੇ ਕੀ ਹੋਇਆ ਮਤਲਬ ਕਿ ਉੱਥੇ ਕੋਈ ਪੈਸੇ ਮਿਲੇ ਤੁਹਾਨੂੰ ਜਿਹੜੇ ਕੰਮ ਕਰਨ ਦੇ ਉੱਥੇ ਤੁਹਾਡੇ ਨਾਲ ਕੀ ਹੁੰਦਾ ਰਿਹਾ ਉੱਥੇ ਸਰ ਪੈਸੇ ਤਾਂ ਦੂਰ ਦੀ ਗੱਲ ਸੀਗੀ ਵੀ ਕੁਛ ਖਾਣ ਪੀਣ ਨੂੰ ਵੀ ਨਹੀਂ ਸਹੀ ਤਰੀਕੇ ਨਾਲ ਮਿਲਦਾ ਸੀਗਾ ਘਰ ਗੱਲ ਕਰਨ ਲਈ ਫੋਨ ਵੀ ਨਹੀਂ ਮਿਲਦਾ ਸੀਗਾ ਬਸ ਕੰਮ ਹੀ ਸੀਗਾ ਕਿ ਜਿਹੜਾ ਉਹ ਕਹਿੰਦੇ ਸੀ ਮੈਨੂੰ ਕਰਨਾ ਪੈਂਦਾ ਸੀਗਾ ਜੇ ਮੈਂ ਉਹਨਾਂ ਨੂੰ ਕਹਿੰਦੀ ਸੀ ਕਿਸੇ ਵੀ ਚੀਜ਼ ਤੋਂ ਮਨਾ ਕਰਦੀ ਸੀ ਤਾਂ ਉਹ ਕੁੱਟਮਾਰ ਵੀ ਹੁੰਦੀ ਸੀਗੀ ਅਤੇ ਲੇਕਿਨ ਕੰਮ ਸਾਰਾ ਦਿਨ ਕਰਾਉਂਦੇ ਸੀ ਕੀ ਮਨ ਦੇ ਵਿੱਚ ਆਉਂਦਾ ਸੀਗਾ ਕਿ ਮੈਂ ਤਾਂ ਘਰ ਦੇ ਹਾਲਾਤ ਸੁਧਾਰਨ ਦੇ ਵਾਸਤੇ ਇੱਥੇ ਆਈ ਹਾਂ ਔਰ ਕੀ ਹੋ ਗਿਆ ਹਾਂਜੀ ਸਰ ਗੱਲਾਂ ਤਾਂ ਬਹੁਤ ਹੁੰਦੀਆਂ ਸੀਗੀਆਂ ਕਈ ਵਾਰੀ ਤਾਂ ਖੁਦ ਦਾ ਮਾਰਨ ਨੂੰ ਵੀ ਜੀ ਕਰਦਾ ਸੀਗਾ ਪਰ ਬਾਅਦ ਵਿੱਚ ਥੋੜ੍ਹੇ ਟਾਈਮ 'ਚ ਮੇਰਾ ਵੀਰੇ ਨਾਲ ਕੰਟੈਕਟ ਹੋ ਗਿਆ ਸੀਗਾ
ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਤੂੰ ਇਹੋ ਜਿਹਾ ਕੁਛ ਨਹੀਂ ਕਰਨਾ, ਆਪਾਂ ਅਬੈਸੀ ਤੱਕ ਗੱਲ ਪਹੁੰਚਾਉਂਦੇ ਹਾਂ। ਵੀਰੇ ਨੇ ਅਬੈਸੀ 'ਚ ਮੇਲ ਪਾਈ ਸੀਗੀ, ਸਾਡੀ ਅਬੈਸੀ ਅਫਿਸਰ ਨਾਲ ਗੱਲ ਹੁੰਦੀ ਸੀ। ਉਹ ਕਹਿੰਦੇ ਸੀਗੇ ਵੀ ਅਸੀਂ ਕਿਸੇ ਦੇ ਘਰੋਂ ਤਾਂ ਲਿਜਾ ਨਹੀਂ ਸਕਦੇ ਗੇ, ਵੀ ਤੂੰ ਅਬੈਸੀ 'ਚ ਆ ਜਾ, ਤੈਨੂੰ ਇੰਡੀਆ ਪਹੁੰਚਾ ਦਾਂਗੇ। ਫਿਰ ਤੁਸੀਂ ਕਿਵੇਂ ਅਬੈਸੀ ਪਹੁੰਚੇ? ਸਰ ਉਹ ਫੈਮਲੀ ਘੁੰਮਣ ਗਈ ਹੋਈ ਆ ਜੋਰਡਨ, ਉਹਨਾਂ ਨੇ ਮੈਨੂੰ ਆਪਣੀ ਬੇਟੀ ਦੇ ਘਰ ਛੱਡਿਆ ਹੋਇਆ ਸੀਗਾ, ਅਤੇ ਉਹਨਾਂ ਦੇ ਬੇਬੀ ਨਾਲ ਮੈਂ ਸਕੂਲ ਜਾਂਦੀ ਸੀਗੀ, ਅਤੇ ਉਸ ਤੋਂ ਬਾਅਦ ਮੈਂ ਉੱਥੋਂ ਭੱਜ ਗਈ ਸੀ। ਅੱਛਾ, ਉੱਥੋਂ ਭੱਜ ਕੇ ਤੁਸੀਂ ਅੰਬੈਸੀ ਚਲੇ ਗਏ, ਤਾਂ ਫਿਰ ਇੱਥੇ ਆਏ ਹੋ? ਹਾਂਜੀ। ਤਾਂ ਜਦੋਂ ਉੱਥੇ ਕਿਵੇਂ ਦਾ ਪਰਿਵਾਰ ਸੀਗਾ ਔਰ ਤੁਹਾਡੇ ਨਾਲ ਕੀ ਕਰਦੇ ਸੀ, ਮਾਰਕੁੱਟ ਕਰਦੇ ਹੈਗੇ ਸੀਗੇ ਉਹ? ਸਰ ਵੀ ਮਤਲਬ ਕਿ ਚਾਹੇ ਬੰਦਾ ਬਿਮਾਰ ਆ ਕੁਛ ਵੀ ਆ, ਪਰ ਉਹਨਾਂ ਨੂੰ ਕੰਮ ਚਾਹੀਦਾ ਸੀ, ਉਹ ਕਰਨਾ ਹੀ ਪੈਂਦਾ ਸੀਗਾ। ਜੇ ਮਤਲਬ ਕਿਸੇ ਵੀ ਚੀਜ਼ ਤੋਂ ਮਨਾ ਕਰਦੀ ਸੀ ਤਾਂ ਬੋਲਦੇ ਵੀ ਸੀ, ਮਾਰਦੇ ਵੀ ਸੀ। ਕਹਿੰਦੇ ਸੀਗੇ ਤੁਹਾਨੂੰ? ਜੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਥੇ ਧੋਖੇ ਨਾਲ ਆਈ ਹਾਂ, ਮੈਂ ਕਿਹਾ ਵੀ ਸ਼ਾਇਦ ਉਹ ਮੇਰੀ ਗੱਲ ਸਮਝ ਲੈਣ। ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਧੋਖੇ ਨਾਲ ਆਈ ਹਾਂ, ਵੀ ਮੈਨੂੰ ਤੁਸੀਂ ਇੰਡੀਆ ਪਹੁੰਚਾ ਦਿਉ। ਉਹ ਕਹਿੰਦੇ ਕਿ ਜੇ ਤੂੰ ਇੰਡੀਆ ਜਾਣਾ ਵਾ ਤਾਂ ਅਸੀਂ ਜੇ ਤੈਨੂੰ ਪੈਸੇ ਦੇ ਕੇ ਲੈ ਕੇ ਆਏ ਹਾਂ, ਤੈਨੂੰ ਸਾਡੇ ਘਰ ਕੰਮ ਕਰਨਾ ਪੈਣਾ ਵਾ। ਅਤੇ ਕਹਿੰਦੇ ਜੇ ਤੂੰ ਜਾਣਾ ਹੀ ਆ ਤਾਂ ਤੈਨੂੰ ਪੈਸੇ ਭਰਨੇ ਪੈਣੇ ਇਸ ਘਰ ਦੇ ਵੀ ਅਤੇ ਕੰਪਨੀ ਦੇ ਵੀ। ਉਹ ਕਹਿੰਦੇ ਪੈਸੇ ਅਸੀਂ ਦੇ ਕੇ ਤੁਹਾਨੂੰ ਲੈ ਕੇ ਆਏ ਹਾਂ। ਫਿਰ ਤੁਸੀਂ ਗੱਲ ਨਹੀਂ ਕੀਤੀ ਕਿ ਜਿਹਨੇ ਤੁਹਾਨੂੰ ਉੱਥੇ ਭੇਜਿਆ ਸੀਗਾ, ਇੱਥੋਂ ਭੇਜਿਆ ਸੀਗਾ ਉੱਥੇ, ਕਿ ਮੈਨੂੰ ਤਾਂ ਤੁਸੀਂ ਫਸਾ ਤਾ? ਹਾਂਜੀ, ਮੈਂ ਗੱਲ ਕੀਤੀ ਸੀਗੀ, ਪਰ ਮੇਰੇ ਕੋਲ ਤਾਂ ਏਜੰਟ ਦਾ ਨੰਬਰ ਬੰਦ ਹੋ ਗਿਆ। ਜਿਹੜੀ ਕੁੜੀ ਮਮਤਾ ਦੇ ਥਰੂ ਮੈਂ ਗਈ ਸੀ, ਮੇਰੀ ਉਹਦੇ ਨਾਲ ਗੱਲ ਹੁੰਦੀ ਸੀ, ਉਹਨਾਂ ਨੇ ਮੈਨੂੰ ਡਾਇਰੈਕਟਲੀ ਕਹਿਤਾ ਕਿ ਹੁਣ ਤਾਂ ਤੂੰ ਫਸ ਚੁੱਕੀ ਹੈ, ਤੈਨੂੰ ਇੱਕ ਸਾਲ ਲਾਉਣਾ ਪੈਣਾ। ਅਤੇ ਫਿਰ ਮੈਂ ਉੱਥੇ ਕੰਮ ਕਰਦੀ ਰਹੀ। ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਜਿਹੜੀਆਂ ਉੱਥੇ ਜਾ ਕੇ ਫਸ ਜਾਂਦੀਆਂ? ਤੁਸੀਂ ਤਾਂ ਨਿਕਲ ਕੇ ਆ ਗਏ, ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਨੇ ਤੁਹਾਡੀ ਮਦਦ ਕੀਤੀ, ਤਾਂ ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਮੈਂ ਕਿਸੇ ਕੁੜੀ ਦੇ ਮਗਰ ਲੱਗ ਕੇ ਐਡਾ ਵੱਡਾ ਕਦਮ ਚੱਕ ਲਿਆ ਵਾ, ਕੋਈ ਵੀ ਕੁੜੀ ਆ ਪਹਿਲਾਂ ਆਪਣੇ ਘਰ ਸਲਾਹ ਕਰੇ, ਏਜੰਟ ਨੂੰ ਆਪਣੇ ਮੰਮਾ ਪਾਪਾ ਨਾਲ ਮਿਲਾਉਣ, ਅਤੇ ਉਸ ਤੋਂ ਬਾਅਦ ਕੁਛ ਵੀ ਕਰਾਂ। ਤਾਂ ਸਾਡੇ ਨਾਲ ਕੁਲਦੀਪ ਵੀ ਮੌਜੂਦ ਆ ਜਿਨ੍ਹਾਂ ਨੇ ਮਦਦ ਕੀਤੀ ਹੈ। ਇਸ ਕੁੜੀ ਨੇ ਤੁਹਾਡੇ ਤੱਕ ਕਿੱਦਾਂ ਅਪਰੋਚ ਕੀਤੀ ਔਰ ਕਿਵੇਂ ਤੁਸੀਂ ਮਦਦ ਕੀਤੀ? ਦੇਖੋ ਜੀ, ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਅਸੀਂ ਜਗਬਾਣੀ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਇੱਕ ਘਰ ਦੇ ਵਿੱਚ ਆ ਕੇ ਜਿਹੜੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਸਰਕਾਰ ਤੱਕ ਪਹੁੰਚੀ, ਅਤੇ ਜਿਹੜਾ ਸਾਨੂੰ ਐਡੀ ਛੇਤੀ ਮਦਦ ਮਿਲ ਗਈ, ਜਿਹੜਾ ਬੱਚੀ ਨੂੰ ਅਸੀਂ 3-4 ਦਿਨਾਂ ਦੇ ਵਿੱਚ ਇੱਥੇ ਲਿਆਉਣ 'ਚ ਸਫਲ ਹੋ ਸਕੇ ਹਾਂ, ਧੰਨਵਾਦ ਕਰਦੇ ਜੀ। ਅਸੀਂ ਜ਼ਿਲ੍ਹਾ ਫਿਰੋਜ਼ਪੁਰ ਟੁਕੜਾ ਹਾਂ ਜਥੇਬੰਦੀ ਟੀਮ ਵੱਲੋਂ ਇਸ ਪਰਿਵਾਰ ਨਾਲ, ਜਿਹੜਾ ਸਾਨੂੰ ਫੈਸਲਾ ਲਿਆ ਕਿ ਇਸ ਪਰਿਵਾਰ ਨਾਲ ਖੜ੍ਹਨਾ ਚਾਹੀਦਾ। ਬੱਚੀ ਸਿਰਫ 20 ਸਾਲ ਦੀ ਉਮਰ 'ਚ ਇੱਕ ਇਰਾਕ ਦੀ ਬਗਦਾਦ ਸਟੇਟ ਦੇ ਵਿੱਚ ਸਿੱਧਾ ਮੈਂ ਤਰਲਾ ਕਰੋ, ਇਸ ਬੱਚੀ ਨੂੰ ਪੰਜਾਬ 'ਚ ਵਾਪਸ ਲੈ ਕੇ ਆਓ, ਇਸ ਬੱਚੀ ਨੂੰ ਬਚਾਉਣਾ ਚਾਹੀਦਾ। ਬਗਦਾਦ ਦੇ ਵਿੱਚ ਕਿਹੜਾ ਡੋਲੇ ਵੱਜਦਾ ਸੀ, ਚਲੋ ਬਗਦਾਦ ਦੇ ਵਿੱਚ ਕੋਈ ਕੈਦਰਾ ਸਿਟੀ ਸੀ ਜੀ ਕੋਈ ਉਹਦੇ ਵਿੱਚ, ਅਤੇ ਉੱਥੇ ਨੇੜੇ ਸੀ ਅਲ ਮਨਸੋਰ ਅੰਬੈਸੀ ਸੀਗੀ, ਆਪਣੇ ਇੰਡੀਅਨ ਅੰਬੈਸੀ, ਸੋ ਉੱਥੋਂ ਹੀ ਸਾਨੂੰ ਜਿਹੜਾ ਸਫਲ ਹੋ ਸਕੇ ਅਸੀਂ ਬੱਚੀ ਨੂੰ ਵਾਪਸ ਲਿਆਉਣ ਲਈ। ਇਹ ਬੱਚੀ 5 ਮਹੀਨਿਆਂ ਤੋਂ ਉੱਥੇ ਫਸੀ ਹੋਈ ਸੀ, 9 ਮਾਰਚ ਨੂੰ ਬੱਚੀ ਉੱਥੇ ਜਾਂਦੀ ਆ ਜੀ, ਅਤੇ 10 ਮਾਰਚ ਨੂੰ ਬਗਦਾਦ ਪਹੁੰਚ ਜਾਂਦੀ ਆ। ਇੱਕ ਰਾਤ ਜਿਹੜਾ ਅੰਬੈਸੀ ਉੱਥੇ ਦੁਬਈ ਦੇ ਵਿੱਚ ਬੱਚੀ ਨੂੰ ਰੱਖਿਆ ਜਾਂਦਾ ਸੋਨੀਆ ਵੱਲੋਂ ਜੀ, ਦੋਸਤੀ ਦੇ ਨਾਂ 'ਤੇ ਵੀ ਸ਼ਰਮਸਾਰ ਕਰਨ ਵਾਲੀ ਘਟਨਾ ਕਿ ਮਮਤਾ ਨੇ ਕੀਤੀ ਆ, ਕਿ ਇਸ ਬੱਚੀ ਨੂੰ ਦੱਸਿਆ ਵੀ ਨਹੀਂ ਜਾਂਦਾ ਵੀ ਇਹਨੂੰ ਕਤਰ ਨਹੀਂ ਲਿਜਾਇਆ ਜਾ ਰਿਹਾ, ਜਿਹੜਾ ਕਿ ਕਤਰ ਦਾ ਪਰਮਿਟ ਇਹਨੂੰ ਦਿੱਤਾ ਵੀ ਗਿਆ ਸੀ ਬੱਚੀ ਨੂੰ ਸੋਨੀਆ ਵੱਲੋਂ, ਉਹ ਇੱਕ ਝੂਠਾ ਸੀਗਾ। ਇਸ ਨੂੰ ਦੁਬਈ ਲਿਜਾ ਕੇ ਉੱਥੋਂ ਇਹਦਾ ਪਾਸਪੋਰਟ ਜਿਹੜਾ ਖੋਹ ਲਿਆ ਜਾਂਦਾ, ਅਤੇ ਧੋਖੇ ਨਾਲ ਜਿਹੜਾ ਇਹਨੂੰ ਇਰਾਕ ਦੇ ਵਿੱਚ ਕਿਸੇ ਕੰਪਨੀ 'ਚ ਲਿਆ ਜਾਂਦਾ, ਅਤੇ ਉੱਥੋਂ ਇਸ ਨੂੰ ਵੇਚ ਦਿੱਤਾ ਜਾਂਦਾ ਜੀ ਕਿਸੇ ਇਰਾਕੀ ਦੇ ਕੋਲ। ਮਤਲਬ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਵੀ ਕੀਤੀ ਨਾਲ? ਪੂਰੀ ਮਦਦ ਜੀ ਪੰਜਾਬ ਸਰਕਾਰ ਨੇ ਵੀ ਕੀਤੀ, ਅਸੀਂ ਧੰਨਵਾਦ ਕਰਦੇ ਰਜਨੀਸ਼ ਦਹੀਆ ਸਾਹਿਬ MLA ਜੀ ਦਾ, ਫਿਰ ਆਪਣੇ ਕੁਲਦੀਪ ਧਾਲੀਵਾਲ NRI ਮੰਤਰੀ ਜੀ ਦਾ, ਆਪਣੇ ਤਲਵੰਡੀ ਭਾਈ ਤੋਂ SHO ਮੈਮ ਸ਼ਿਮਲਾ ਰਾਣੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ, ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਬੱਚੀ ਨੂੰ ਵਾਪਸ ਲਿਆਉਣ ਵਿੱਚ ਜਿਹੜੀ ਸਫਲਤਾ ਹਾਸਲ ਕਰਵਾਈ ਜੀ ਸਾਨੂੰ। ਤਾਂ ਬਿਲਕੁਲ, ਲੜਕੀ ਅੱਜ ਆਪਣੇ ਘਰ ਦੇ ਵਿੱਚ ਪਹੁੰਚ ਗਈ ਹੈਗੀ ਆ, ਔਰ ਖੁਸ਼ੀ ਹੈ ਕਿ ਘਰ ਪਹੁੰਚ ਗਈ ਹੈਗੀ ਹੈ। ਕਈ ਕੁੜੀਆਂ ਤਾਂ ਜਿਹੜੀਆਂ ਉਹ ਫਸੀਆਂ ਹੋਈਆਂ ਨੇ ਬਾਹਰ ਹਿੱਲੇ ਵੀ, ਹਾਲਾਂਕਿ ਭਾਰਤ ਸਰਕਾਰ ਜਿਹੜਾ ਉਹਨਾਂ ਨੂੰ ਲਿਆਉਣ ਦੀ ਜਿਹੜੀ ਕੋਸ਼ਿਸ਼ਾਂ ਵੀ ਕਰ ਰਹੀ ਹੈਗੀਆਂ, ਕਿ ਜਿਹੜੇ ਵੀ ਮਾਮਲੇ ਸਾਹਮਣੇ ਆਉਂਦੇ ਆ ਉਹ ਉੱਥੋਂ ਲੈ ਕੇ ਆਉਂਦੇ ਹੈਗੇ ਨੇ। ਤਾਂ ਅਸੀਂ ਵੀ ਇਹ ਕਹਾਂਗੇ ਕਿ ਜਦੋਂ ਵੀ ਕੋਈ ਬਾਹਰ ਜਾਂਦਾ ਤਾਂ ਉਹ ਸੋਚ ਸਮਝ ਕੇ ਉਹ ਪੂਰਾ ਦੇਖ ਕੇ ਜਿਹੜਾ ਉਸਨੂੰ ਬਾਹਰ ਜਾਣਾ ਚਾਹੀਦਾ ਹੈਗਾ। ਕੈਮਰਾ ਪਰਸਨ ਲੋਹੀ ਦੇ ਨਾਲ ਸਨੀ ਚੋਪੜਾ, ਜਗਬਾਣੀ TV ਫਿਰੋਜ਼ਪੁਰ।